ਕਿ ਬੜਾ ਅਰਲੀ ਤੁਹਾਨੂੰ ਸਮਾਂ ਦਿੱਤਾ ਔਰ ਬੜੇ ਦੁੱਖ ਦੀ ਗੱਲ ਹੈ ਕਿ ਬੜੇ ਲੰਬੇ ਸਮੇਂ ਤੋਂ ਜੇ ਆਪਾਂ ਕਹੀਏ ਕਿ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਕਿ ਅਜਿਹੀਆਂ ਸ਼ਕਤੀਆਂ ਜਿਹੜੀਆਂ ਸਿੱਖ ਵਿਰੋਧੀ ਵੀ ਨੇ, ਪੰਥ ਵਿਰੋਧੀ ਵੀ ਨੇ ਔਰ ਸਿੱਖਾਂ ਦੀ ਰਾਜਨੀਤਿਕ ਹਸਤੀ ਦੇ ਵਿਰੋਧੀ ਵੀ ਨੇ ਅਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਨੇ, ਉਹ ਪਿਛਲੇ 10 ਸਾਲਾਂ ਤੋਂ ਕੇਵਲ ਅਤੇ ਕੇਵਲ ਉਹਨਾਂ ਦਾ ਨਿਸ਼ਾਨਾ ਸਿੱਖ ਕੌਮ ਨੂੰ ਦਫੇੜ ਕਰਨਾ, ਸਿੱਖਾਂ ਦੇ ਵਿੱਚ ਭੰਬਲ ਭੂਸਾ ਪੈਦਾ ਕਰਨਾ, ਸਿੱਖਾਂ ਦੀ ਰਾਜਨੀਤੀ ਨੂੰ ਕਮਜ਼ੋਰ ਕਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਅਤੇ ਕੇਵਲ ਜਿਹੜੀ ਸਿੱਖਾਂ ਦੀ ਲੀਡਰਸ਼ਿਪ ਹੈ ਬਾਦਲ 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 ਆ ਬਾਦਲ ਆਓ ਇਹਦੇ ਤੋਂ ਬਾਹਰ ਜਿਹੜੇ ਨਿਕਲਦੇ ਨਹੀਂ ਅਤੇ ਸਵਾਲ ਵੀ ਸਾਡੇ ਜਿਹੜੇ ਆਪਣੇ ਹੈ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਜਾਬ ਹਿਤੈਸ਼ੀ ਹਾਂ, ਅਸੀਂ ਪੰਥ ਹਿਤੈਸ਼ੀ ਹੈ, ਅਸੀਂ ਕੌਮ ਦੇ ਬੜੇ ਕੌਮ ਪ੍ਰਸਤ ਹੈ, ਉਹਨਾਂ ਵੱਲੋਂ ਜਿਹੜਾ ਅਜਿਹਾ ਜਿਹੜਾ ਹੈ ਸਾਰਾ ਵਰਤਾਰਾ ਜਦੋਂ ਖੇਡਿਆ ਜਾਂਦਾ ਆ ਤਾਂ ਦੁੱਖ ਹੁੰਦਾ, ਹਟਣਾ ਉਹਨਾਂ ਹੈ ਨਹੀਂ, ਹਟਣਾ ਉਹਨਾਂ ਹੈ ਨਹੀਂ ਗਾ। ਸਾਨੂੰ ਵੀ ਪਤਾ ਆ ਕਿ ਉਹਨਾਂ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ ਜਿਹੜੀਆਂ ਉਸ ਏਜੰਡੇ ਦਾ ਹਿੱਸਾ ਬਣ ਰਹੀਆਂ ਨੇ, ਉਸ ਏਜੰਡੇ ਨੂੰ ਲਾਗੂ ਕਰਵਾ ਰਹੀਆਂ ਨੇ, ਉਹ ਸ਼ਕਤੀਆਂ ਬੜੀਆਂ ਬਲਵਾਨ ਨੇ। ਪਰ ਹੁਣ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਕਿ ਦੁਨੀਆਂ ਦਾ ਸਭ ਤੋਂ ਵੱਡਾ ਪਾਪੀ, ਦੁਨੀਆਂ ਦਾ ਸਭ ਤੋਂ ਮਹਾਚਵਲ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਸ਼ੈਤਾਨ ਜਿਹਨੇ ਧੰਨ ਸ਼੍ਰੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਦੀ 2015 ਦੇ ਵਿੱਚ ਬੇਅਦਬੀਆਂ ਕੀਤੀਆਂ ਅਤੇ ਕਰਵਾਈਆਂ, ਜਿਹੜੇ ਮੇਨ ਜਿਹੜੇ ਬੇਅਦਬੀ ਦੀ ਸਾਜ਼ਿਸ਼ ਰਚਣ ਵਾਲੇ ਸੀਗੇ, ਜਿਹੜੇ 3 ਜਣੇ ਸੀਗੇ ਵੀ ਕਿੱਥੋਂ ਕਿਵੇਂ ਕਰਨਾ ਆ, ਪਹਿਲਾ ਕਦਮ ਕੀ ਹੋਊ, ਦੂਜਾ ਕਦਮ ਕੀ ਹੋਊ, ਤੀਜਾ ਕਦਮ ਕੀ ਹੋਊ, ਚੌਥਾ ਕਦਮ ਕੀ ਹੋਊ, ਕਿੱਥੇ ਕਿੱਥੇ ਕਿਵੇਂ ਕਿਵੇਂ ਕੀ ਕਰਨਾ ਆ, ਅਤੇ ਜਿਹਦੇ ਉੱਤੇ 5 ਬੇਅਦਬੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚ ਪਾਤਸ਼ਾਹ ਦੀਆਂ ਜਿਹੜੀਆਂ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸੀ, ਉਹਨਾਂ 'ਚ ਸਿੱਧੇ ਰੂਪ 'ਚ ਜਿਹਦਾ ਹੱਥ ਹੋਵੇ, ਸ਼ਾਮਿਲ ਹੋਵੇ। ਅੱਜ ਸਾਡੇ ਪੱਤਰਕਾਰ ਭਾਈਚਾਰਾ ਜਿਹੜਾ ਉਹਨੂੰ ਐਂ ਪੇਸ਼ ਕਰ ਰਿਹਾ ਜਿਵੇਂ ਸੱਚ ਦਾ ਪੁੱਤ ਆ ਗਿਆ ਹੁੰਦਾ, ਜਿਵੇਂ ਉਹ ਧਰਮੀ ਪੁੱਤਰ ਆ ਗਿਆ ਹੁੰਦਾ। ਕਿੱਥੇ ਜਾਵਾਂਗੇ ਕਿ ਪ੍ਰਦੀਪ ਕਲੇਰ ਨਾਂ ਦੀ ਚਵਲ ਜਿਹਨੂੰ ਕੱਲ੍ਹ ਇੱਕ ਪੰਜਾਬ ਦਾ ਆਪਣੇ ਆਪ ਨੂੰ ਕਹਿਣ ਵਾਲਾ ਪੱਤਰਕਾਰ ਜਿਹੜਾ ਬਿਠਾ ਕੇ ਬੈਠਾ ਸੀ, ਉਹਦੇ ਨਾਲ ਸਵਾਲ ਜਵਾਬ ਐਂ ਕਰ ਰਿਹਾ ਸੀ ਕਿ ਜਿਵੇਂ ਅਗਲੇ ਬੰਨੇ ਬਹੁਤ ਵੱਡੀ ਮਹਾਨ ਸ਼ਖਸੀਅਤ ਬੈਠੀ ਹੋਵੇ। ਦੁੱਖ ਹੁੰਦਾ ਯਾਰ, ਦੁੱਖ ਹੁੰਦਾ ਆ। ਤੁਸੀਂ ਇਹੋ ਜਿਹੀ ਚਵਲ ਨੂੰ ਬਿਠਾ ਕੇ ਚੈਨਲਾਂ ਦੇ ਉੱਤੇ ਤੁਸੀਂ ਕਹੋਗੇ ਕਿ ਉਹਨੇ ਆਹ ਕਹਿਤਾ ਜੀ, ਉਹ ਕਹਿਤਾ, ਹਾਂਜੀ ਕੀ ਸਾਬਤ ਕਰਨਾ ਚਾਹੁੰਦੇ ਜੇ ਤੁਸੀਂ ਕਿ ਜਿਹੜੇ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅੰਦਰ ਸਿੱਖ ਕੌਮ ਦੇ ਅੰਦਰ ਅੱਗ ਲਾਈ ਹੋਵੇ, ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕੀਤੀ ਹੋਵੇ, ਅੱਜ ਤੁਸੀਂ ਉਹਨਾਂ ਨੂੰ ਇੰਜ ਪੇਸ਼ ਕਰ ਰਹੇ ਜੇ ਕਿ ਜਿਵੇਂ ਜੀ ਸੱਚ ਦਾ ਪਟਾਰਾ ਹੀ ਉਹਨੇ ਖੋਲ੍ਹਿਆ। ਇਸ ਕਰਕੇ ਬਹੁਤ ਦੁੱਖ ਦੀ ਗੱਲ ਹੈ। ਦੇਖੋ, ਇੱਕ ਸਭ ਤੋਂ ਪਹਿਲੀ ਗੱਲ ਹੈ ਕਿ ਤੁਸੀਂ ਪੱਤਰਕਾਰ ਭਾਈਚਾਰਾ ਜੀ, ਇੱਥੇ ਅਦਾਲਤ 'ਤੇ ਕੋਈ ਕੇਸ ਚੱਲਦਾ ਹੋਊਗਾ ਨਾ,
ਅਤੇ ਮੇਰੇ ਵਰਗਾ ਵੀ ਕਹਿੰਦਾ ਯਾਰ ਇਹਦੇ 'ਤੇ ਗੱਲ ਨਾ ਕਰੋ ਕਿ ਸਬਜ਼ੀ ਉਡਸ ਹੈ, ਅਤੇ ਤੁਸੀਂ ਵੀ ਇਸ ਕਰਕੇ ਜ਼ਿਆਦਾ ਗੱਲ ਨਹੀਂ ਕਰਦੇ ਕਿ ਜਿਹੜਾ ਫਲਾਣਾ ਮਾਮਲਾ ਜੀ ਇਹ ਤਾਂ ਜਿਹੜਾ ਜੁਡੀਸ਼ੀਅਲ ਮਜਿਸਟਰੇਟ ਉਹਦੇ ਕੋਲ ਚੱਲਦਾ ਆ ਸਬਜ਼ੀ ਉਡਸ ਹੈ। ਇਹੀ ਸਮਝਦੇ ਨਾ ਕਿ ਅਦਾਲਤ ਦੇ ਵਿਚਾਰ ਅਧੀਨ ਹੈ, ਇਹਦੇ ਉੱਤੇ ਨਹੀਂ ਗੱਲ ਕੋਈ ਹੋ ਸਕਦੀ। ਅਤੇ ਜਿਹੜਾ ਮਸਲਾ ਦੁਨੀਆ ਦੀ ਸਰਵਉੱਚ ਅਦਾਲਤ 'ਚ ਹੈ, ਸਰਵਉੱਚ ਤਖ਼ਤ 'ਤੇ ਹੈ, ਸਿੱਖਾਂ ਦੀ ਸੁਪਰੀਮ ਅਥਾਰਟੀ ਦੇ ਅੱਗੇ ਚੱਲ ਰਿਹਾ ਹੈ, ਤਾਂ ਜਿਹੜਾ ਮਰਜ਼ੀ ਉੱਠਦਾ ਫੜਦਾ ਮਾਈਕ ਜਾ ਐਂ ਕਰਕੇ ਅਤੇ ਜਾਂ ਲਾ ਕੇ ਮੈਂ ਜੀ ਤੁਹਾਡਾ ਫੋਨੋ 'ਤੇ ਤੁਹਾਡੀ ਇੰਟਰਵਿਊ ਕਰ ਰਿਹਾ, ਹਾਂਜੀ, ਕਿ ਜਿਹੜੀ ਸਿੱਖ ਕੌਮ ਦੀ ਸਰਵਉੱਚ ਅਦਾਲਤ ਹੈ ਉਹਦੇ 'ਚ ਚੱਲ ਰਿਹਾ ਮਸਲਾ ਖੇਡ ਹੈ, ਔਰ ਕੋਈ ਉੱਠ ਕੇ ਉਹਦੇ ਉੱਤੇ ਨੇਤੀ ਕੋਈ ਝੂਠ ਪਰੋਸੀ ਜਾਂਦਾ ਆ, ਕੋਈ ਕਿੰਤੂ ਪਰੰਤੂ ਕਰੀ ਜਾਂਦਾ ਆ, ਕੋਈ ਕਮੈਂਟ ਕਰੀ ਜਾਂਦਾ ਆ, ਕੋਈ ਜਥੇਦਾਰਾਂ ਨੂੰ ਸਿੱਖਿਆ ਦੇਈ ਜਾਂਦਾ, ਇਹ ਨਵੀਂ ਗੱਲ ਸਾਹਮਣੇ ਆ ਗਈ। ਮੈਂ ਇੱਕ ਬੇਨਤੀ ਕਰਾਂ ਜੀ, ਮੈਂ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਸਪਸ਼ਟ ਕਰਦਾ ਕਿ ਜਿਹੜਾ ਰਾਮ ਰਹੀਮ ਸਰਸੇ ਵਾਲਾ 2007 ਦੀ ਘਟਨਾ ਤੋਂ ਬਾਅਦ, ਭਾਵੇਂ ਕਿ ਇਹੋ ਜਿਹੇ ਲੋਕਾਂ ਬਾਰੇ ਇਹੋ ਜਿਹੇ ਡੇਰਿਆਂ ਬਾਰੇ ਮੈਂ ਸ਼ੁਰੂ ਤੋਂ ਵਿਰੋਧੀ ਹਾਂ ਜਦੋਂ ਤੋਂ ਮੈਂ ਹੋਸ਼ ਸੰਭਾਲੀ, ਪਰ ਜੋ 2007 ਦੇ ਵਿੱਚ ਉਹਨੇ ਚੰਦ ਚਾੜਿਆ, ਭਾਵੇਂ ਕਿ ਉਹਨੇ ਬਾਅਦ 'ਚ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ, ਬਥੇਰੀਆਂ ਉਹਨੇ ਹੋਰ ਗੱਲਾਂ ਕੀਤੀਆਂ, ਪਰ ਸ਼ੈਤਾਨ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਅਤੇ ਮੈਂ ਉਹਦਾ 2007 ਤੋਂ ਬਾਅਦ ਲਗਾਤਾਰ ਕੱਟੜ ਵਿਰੋਧੀ ਹਾਂ, ਔਰ ਦੇਖੋ ਮੈਂ ਇੱਕ ਬੇਨਤੀ ਕਰੂੰਗਾ ਕਿ ਇੱਕ ਪੱਤਰਕਾਰ ਨੇ ਰਿਤੇਸ਼ ਲਖੀ, ਮੇਰਾ ਖਿਆਲ ਤੁਸੀਂ ਸਾਰੇ ਜਾਣਦੇ ਹੋਣੇ, ਮੇਰਾ ਵੀ ਮਿੱਤਰ ਹੀ ਹੈ, ਮੈਂ ਉਹਨੂੰ ਕਈ ਵਾਰ ਟੋਕਿਆ ਤੂੰ ਇਸ ਤਰ੍ਹਾਂ ਨਾ ਕਰਿਆ ਕਰ, ਇਹ ਦੁਨੀਆ 'ਤੇ ਉਤਰਾ ਚੜ੍ਹਾ ਦੂਜਾ ਤੀਜਾ ਚੱਲਦਾ ਰਹਿੰਦਾ ਆ, ਅਤੇ ਜਿਸ ਤਰ੍ਹਾਂ ਦੀ ਪੱਤਰਕਾਰੀ ਤੂੰ ਕਰਦਾ ਇਹਦਾ ਕੋਈ ਫਾਇਦਾ ਨਹੀਂ ਗਾ। ਹੁਣ ਮੈਂ ਤੁਹਾਡੇ ਨਾਲ ਅੱਜ ਜਿਹੜੀ ਕੱਲ੍ਹ ਉੱਥੇ ਗੱਲਾਂ ਹੋਈਆਂ ਨੇ, ਤੁਸਾਂ ਸਾਰਿਆਂ ਨੇ ਇੰਟਰਵਿਊ ਦੇਖੀ ਹੋਣੀ ਹੈ ਕਿ ਜਿਹਦੇ ਵਿੱਚ ਇੱਕ ਲਿਖੀ ਹੋਈ ਸਕ੍ਰਿਪਟ ਦੇ ਮੁਤਾਬਕ, ਇੱਕ ਲਿਖੇ ਹੋਏ ਡਰਾਮੇ ਦੇ ਮੁਤਾਬਕ, ਇੱਕ ਲਿਖੀ ਹੋਈ ਵਾਰਤਕ ਦੇ ਮੁਤਾਬਕ, ਵੀ ਸਵਾਲ ਕਿਹੜਾ ਹੋਊ, ਅੱਗੋਂ ਜਵਾਬ ਕਿਹੜਾ ਹੋਊ, ਹਾਂਜੀ, ਉਹ ਜਿਹੜਾ ਸਾਰਾ ਕੁਛ ਮੈਨੇਜ ਸੀ ਪਹਿਲਾਂ ਹੀ। ਅਤੇ ਉਹਦੇ ਵਿੱਚ ਜਿਸ ਤਰ੍ਹਾਂ ਦੇ ਉਹਨੇ ਸਵਾਲ ਹੋਏ, ਜਿਸ ਤਰ੍ਹਾਂ ਦੇ ਉਹਨੇ ਜਵਾਬ ਦਿੱਤੇ, ਉਹਨੇ ਇਹ ਸ਼ੋਅ ਕੀਤਾ ਕਿ ਜਿਹੜੀ ਮਾਫ਼ੀ ਵਾਲੀ ਗੱਲ ਹੈ ਸਰਸੇ ਸਾਧ ਵਾਲੀ, ਇਹ 2015 'ਚ ਸ਼ੁਰੂ ਹੋਈ ਹੈ, ਜਦੋਂ MSG 2 ਫਿਲਮ ਸੀ ਉਹਨੂੰ ਰਿਲੀਜ਼ ਕਰਾਉਣ ਵਾਸਤੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਗਏ, ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਜੀ ਸਾਡੀ ਇਹ ਫਿਲਮ ਰਿਲੀਜ਼ ਕਰਾ ਦਿਓ, ਅਤੇ ਉਹਨਾਂ ਨੇ ਕਿਹਾ ਕਿ ਮਾਫ਼ੀ ਮੰਗੋ ਪਹਿਲਾਂ, ਫਿਰ ਉਹਨਾਂ ਕਿਹਾ ਕਿ ਅਰਜ਼ੀ ਲਿਖੋ। ਹੁਣ ਮੋਟੀ ਜੀ ਗੱਲ ਹੈ
ਕਿ ਉਹ ਕਹਿੰਦੇ ਕਿਉਂਕਿ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਸੀ। ਅਸੀਂ ਇਹਨਾਂ ਦੀ 2009 'ਚ ਵੀ ਕੀਤੀ ਜੀ, 12 'ਚ ਵੀ ਕੀਤੀ ਜੀ, 14 'ਚ ਵੀ ਕੀਤੀ ਜੀ। ਹਾਂਜੀ, ਅਤੇ ਮੈਂ ਉਹਨੂੰ ਪੁੱਛਣਾ ਚਾਹੁੰਦਾ ਜੇ 9 'ਚ ਵੀ ਕੀਤੀ, 12 'ਚ ਵੀ ਕੀਤੀ, 14 'ਚ ਵੀ ਕੀਤੀ, ਤਾਂ ਫਿਰ ਤੁਹਾਡੀ MSG 1 ਕਿਉਂ ਰੋਕੀ? ਫਿਰ MSG 1 ਕਿਉਂ ਤੁਹਾਡੀ ਰਿਲੀਜ਼ ਹੋਈ? ਕਿਉਂਕਿ ਤੁਸੀਂ ਸਿੱਖ ਵਿਰੋਧੀ ਸੀ। ਔਰ ਸ਼੍ਰੋਮਣੀ ਅਕਾਲੀ ਦਲ ਹੈ, ਜਦ ਤੱਕ ਉਹਦੀ ਸਰਕਾਰ ਰਹੀ ਅਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡੇਰਾ ਜਿਹੜਾ ਆ ਉਹ ਸਰਸੇ ਵਾਲੇ ਦਾ ਚੱਲਣ ਨਹੀਂ ਦਿੱਤਾ, ਖੁੱਲ੍ਹਣ ਨਹੀਂ ਦਿੱਤਾ, ਕਿਸੇ ਤਰ੍ਹਾਂ ਦਾ ਉਹਦਾ ਸਤਸੰਗ ਨਹੀਂ ਹੋਣ ਦਿੱਤਾ। ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਔਰ ਮੈਂ ਇਹਦੇ ਉੱਤੇ ਵੀ ਸਬੂਤਾਂ ਸਮੇਤ ਤੁਹਾਡੇ ਸਾਹਮਣੇ ਤੱਥ ਰੱਖੂੰਗਾ ਕਿ ਜਿਹੜੀ ਉਹ ਮਾਫ਼ੀ ਵਾਲੀ ਚਿੱਠੀ ਹੈ ਕਿੱਥੇ ਲਿਖੀ ਗਈ, ਕਿੰਨੇ ਲਿਖੀ, ਔਰ ਕੌਣ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਲੈ ਕੇ ਆਇਆ, ਕਿਸ ਕਿਸ ਰੂਪ 'ਚ ਉਹਦੇ ਉੱਤੇ ਡਿਸਕਸ਼ਨ ਹੋਈ, ਅਤੇ ਅਖੀਰ 'ਤੇ ਜਿਹੜਾ ਗਿਆਨੀ ਗੁਰਬਚਨ ਸਿੰਘ ਅਤੇ ਬਾਕੀ ਸਿੰਘ ਸਾਹਿਬਾਨ ਨੇ ਹੁਕਮਨਾਮਾ ਜਾਰੀ ਕੀਤਾ ਅਤੇ ਜਿਹੜਾ ਸਿੱਖ ਭਾਵਨਾਵਾਂ ਨੂੰ, ਰੋਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੂੰ ਵਾਪਸ ਲੈਣਾ ਪਿਆ, ਇਹ ਸਾਰੇ ਜਿਹੜੇ ਤੱਥ ਨੇ ਇਹ ਸਬੂਤਾਂ ਸਮੇਤ ਮੈਂ ਤੁਹਾਡੇ ਸਾਹਮਣੇ ਰੱਖੂੰਗਾ। ਇੱਕ ਮੈਂ ਇੱਥੇ ਇਹ ਵੀ ਬੇਨਤੀ ਕਰਦਾ ਕਿ ਜਿਹੜਾ ਪ੍ਰਦੀਪ ਕਲੇਰ ਹੈ, ਜਿਹੜਾ ਬੇਅਦਬੀ ਦੇ ਕੇਸਾਂ ਦਾ ਮੁੱਖ ਦੋਸ਼ੀ ਹੈ, ਇਹਦੇ 164 ਦੇ ਬਿਆਨ ਵੀ ਅਦਾਲਤ ਵਿੱਚ ਦਰਜ ਨੇ। ਇਹ SIT ਕੋਲ ਵੀ ਇਹ ਰਿਮਾਂਡ 'ਤੇ ਰਿਹਾ ਹੈ, ਜਿਹੜੀ SPS ਪਰਮਾਰ ਵਾਲੀ ਹੈ, ਉਹਨਾਂ ਨੇ ਇਨਵੈਸਟੀਗੇਸ਼ਨ ਵੀ ਕੀਤੀ ਹੈ ਜਿਹੜੇ ਬੇਅਦਬੀ ਦੇ ਕੇਸਾਂ ਦੀ ਜਿਹੜੀ SIT ਬਣੀ ਹੈ। ਪਹਿਲੀ ਤਾਂ ਗੱਲ ਦੱਸ ਦੇਣ ਕਿ ਜੇ ਇਹਦੇ ਕੋਲ ਅਜਿਹੇ ਤੱਥ ਸੀ ਜਿਹੜੇ ਕਿ ਬੜੇ ਗੰਭੀਰ ਹੈ, ਇਹਨੇ ਉੱਥੇ SIT ਦੇ ਸਾਹਮਣੇ ਉਹਨਾਂ ਦਾ ਇਜ਼ਹਾਰ ਕੀਤਾ, ਉਹਨਾਂ ਦਾ ਪ੍ਰਗਟਾਵਾ ਕੀਤਾ, ਉਸ ਇਨਵੈਸਟੀਗੇਸ਼ਨ ਦਾ ਹਿੱਸਾ ਬਣਾਇਆ। ਦੂਜੀ ਗੱਲ ਜਿਹੜੀ ਹੈ, 164 ਦੇ ਬਿਆਨ ਜਿਹੜੇ ਹੈ, ਜਿਹੜੇ ਕਿ ਇਹਨੇ ਆਪਦੀ ਜ਼ਿੰਦਗੀ ਦਾ ਜੋ ਵੀ ਇਸ ਮੁਤਲਕ ਸੱਚ ਸੀਗਾ ਉਹ ਅਦਾਲਤਾਂ ਦੇ ਸਾਹਮਣੇ ਰੱਖਿਆ, 164 ਦੇ ਬਿਆਨਾਂ ਦੇ ਵਿੱਚ ਅਜਿਹਾ ਇਹਨੇ ਪ੍ਰਗਟਾਵਾ ਕਿਉਂ ਨਹੀਂ ਕੀਤਾ? ਅੱਜ ਹੀ ਕਿਉਂ ਅਜਿਹੀਆਂ ਕਹਾਣੀਆਂ ਸ਼ੁਰੂ ਹੋ ਗਈਆਂ ਨੇ, ਇੱਕ ਮਿੱਥੇ ਹੋਏ ਏਜੰਡੇ ਦੇ ਮੁਤਾਬਕ ਪ੍ਰੋਪੋਗੰਡਾ ਜਿਹੜਾ ਆ ਕੀਤਾ ਜਾ ਰਿਹਾ, ਜਿਹਦਾ ਜਿਹਨੂੰ ਰੋਕ ਦੇਣ ਵਾਸਤੇ, ਅੱਗੇ ਵਧਾਉਣ ਵਾਸਤੇ ਸਾਡੇ ਕੁਛ ਪੱਤਰਕਾਰ ਜਿਹੜੇ ਭਾਈਚਾਰਾ ਆ, ਹਾਂਜੀ ਪੱਤਰਕਾਰ ਵੀਰ ਜਿਹੜੇ ਅੱਗੇ ਆਏ ਨੇ, ਹਾਂਜੀ ਉਹ ਜਿਹੜਾ ਆ ਉਹ ਸ਼ਰੇਆਮ ਜਿਹੜਾ ਆ ਉਸ ਕੂੜ ਦੇ ਪ੍ਰਚਾਰ ਦੇ ਏਜੰਡੇ ਦਾ ਹਿੱਸਾ ਬਣ ਕੇ ਜਿਹੜੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਸਰਕਾਰ ਹੈ ਉਹਨਾਂ ਦੇ ਇਸ਼ਾਰੇ 'ਤੇ ਜਿਹੜਾ ਆ ਉਹਨੂੰ ਅੱਗੇ ਵਧਾ ਰਹੇ ਨੇ। ਹੁਣ ਮੈਂ ਇੱਕ ਬੇਨਤੀ ਕਰੂੰਗਾ, ਇੱਕ ਤੁਸੀਂ ਵੀ ਸੁਣਿਆ ਹੋਣਾ ਜੀ, ਜਿਹੜੀ MSG 2 ਹੈ, ਜਿਹੜੀ ਉਹਦੀ ਸਰਸੇ ਵਾਲੇ ਦੀ ਫਿਲਮ ਸੀਗੀ, ਉਹਨੂੰ ਚਲਾਉਣ ਵਾਸਤੇ 100 ਕਰੋੜ ਰੁਪਈਏ 'ਚ ਸਮਝੌਤਾ ਹੋਇਆ। ਬੜੀਆਂ ਵੱਡੀਆਂ ਵੱਡੀਆਂ ਖਬਰਾਂ ਬਣੀਆਂ, ਬੜਾ ਮੀਡੀਆ 'ਚ ਚੱਲਿਆ, ਇਹੀ ਲੋਕ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ
ਇੱਕ ਰਿਤੇਸ਼ ਰੱਖੀ ਜੀ ਅਤੇ ਇੱਕ ਆ ਪੰਜਾਬ ਟੈਲੀਵਿਜ਼ਨ ਵਾਲਾ, ਹਾਂਜੀ ਅਤੇ ਹੋਰ ਵੀ ਬਖਸ਼ੇ ਤਾਂ ਕਿਸੇ ਨੇ ਵੀ ਨਹੀਂ ਕਿਹਾ, ਬਹੁਤ ਵਿਰਲੇ ਨੇ ਹੈਗੇ ਨੇ ਸੱਜਣ ਜਿਹੜੇ ਸੱਚੀ ਸੁੱਚੀ ਪੱਤਰਕਾਰੀ ਕਰਦੇ ਨੇ। ਐਨ ਨੱਪ ਕੇ ਲਈ ਦਿੱਤੀ ਸਾਰੇ ਪ੍ਰਿੰਟ ਮੀਡੀਆ ਨੈਸ਼ਨ ਮਤਲਬ ਇਲੈਕਟ੍ਰੋਨਿਕ ਮੀਡੀਆ ਜੀ 100 ਕਰੋੜ ਰੁਪਈਏ 'ਚ ਸੌਦਾ ਹੋਇਆ ਸੀਗਾ ਐਮ ਐਸ ਜੀ ਦਾ 2 ਦਾ ਚਲਾਉਣ ਦਾ, ਅਤੇ ਅਕਸ਼ੈ ਕੁਮਾਰ ਦੀ ਕੋਠੀ ਦੇ ਵਿੱਚ ਹੋਇਆ ਸੀਗਾ ਅਤੇ ਉਹ ਮੀਡੀਏਟਰ ਸੀਗਾ। ਅਤੇ ਕੀਤਾ ਕਿਹਨੇ ਸੀਗਾ? ਸਾਬਕਾ MLA ਹਰਬੰਸ ਸਿੰਘ ਜਲਾਲ ਨੇ। ਅਤੇ ਮੇਰੇ ਖਿਆਲ ਕਿਸੇ ਵੀ ਚੈਨਲ ਨੇ ਉਹਦੀ ਇੰਟਰਵਿਊ ਨਹੀਂ ਛੱਡੀ ਹੋਣੀ ਵੀ ਜਲਾਲ ਸਾਹਿਬ ਤੁਸੀਂ ਦੱਸੋ। ਹਾਂਜੀ ਬੜੀ ਵੱਡੀ ਗੱਲ ਹੈ ਜੀ, ਤੁਸੀਂ ਬੜਾ ਸੱਚ ਸਾਹਮਣੇ ਲਿਆ ਰਹੇ ਜੀ, ਇਹੀ ਕੋਈ ਚੱਲਦਾ ਰਿਹਾ ਨਾ। ਜਲਾਲ ਝੂਠਾ ਪੈ ਗਿਆ, ਝੂਠ ਕੂੜ ਨੰਗਾ ਹੋ ਗਿਆ। ਅੱਜ ਜਲਾਲ ਦਾ ਕੋਈ ਨਾਂ ਲੈਂਦਾ? ਫਿਰ ਇੱਕ ਬੀਬੀ ਸ਼ਬਦ ਬੜਾ ਪਵਿੱਤਰ ਹੈ ਸਾਡੇ ਧਰਮ 'ਚ, ਸਾਡੇ ਸਮਾਜ 'ਚ। ਮੈਂ ਬੀਬੀ ਤਾਂ ਨਹੀਂ ਕਹੂੰਗਾ ਪਰ ਮੈਂ ਖਾਚ ਜਨਾਨੀ ਜ਼ਰੂਰ ਕਹੂੰਗਾ, ਉਹ ਵੀਰਪਾਲ ਕੌਰ। ਪਤਾ ਨਾ ਸੁਣਿਆ ਨਾ ਵੀਰਪਾਲ ਕੌਰ, ਉਹ ਸਰਸੇ ਵਾਲੇ ਦੀ ਚੇਲੀ, ਗੁਫਾ ਵਾਲੀ ਸੇਵਾ ਕਰਨ ਵਾਲੀ। ਹਾਂਜੀ ਉਹ ਜਨਾਨੀ ਆਉਂਦੀ ਆ ਖੱਚ, ਉਹ ਕਹਿੰਦੀ ਹੈ ਜੀ ਪੁਸ਼ਾਕ ਜਿਹੜੀ ਹੈ 2007 'ਚ ਜਿਹੜੀ ਸਲਾਵਤਪੁਰੇ ਡੇਰੇ 'ਚ ਪਾਈ ਸੀ ਰਾਮ ਰਹੀਮ ਨੇ, ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ। ਚਲੋ ਉਹ ਵੀ ਅਸੀਂ ਰੌਲਾ ਰੱਪਾ ਪਾ ਪੂ ਕੇ ਤੱਥ ਤੁੱਥ ਕੱਢ ਕੇ ਸਾਰੀਆਂ ਗੱਲਾਂ ਕਰ ਕੁਰ ਕੇ ਅਸੀਂ ਝੂਠੀ ਕੀਤੀ। ਅੱਜ ਉਹ ਖੱਚ ਜਨਾਨੀ ਨਹੀਂ ਲੱਭਦੀ ਅਤੇ ਲੋਕਾਂ ਨੂੰ ਵੀ ਭੁੱਲ ਗਿਆ ਚੇਤਾ ਵੀ ਉਹ ਖੱਚ ਜਨਾਨੀ ਵੀ ਵੀਰਪਾਲ ਕੌਰ ਵੀ ਸਾਹਮਣੇ ਆਈ ਸੀ। ਫਿਰ ਇੱਕ IPS ਅਫਸਰ, ਬੜੇ ਸੀਨੀਅਰ IPS ਅਫਸਰ, DGP ਲੈਵਲ ਦੇ ਬੰਦੇ, ਅਤੇ ਮਾਂ ਗੰਦਾ ਅਤੇ ਮਾਂ ਝੂਠਾ ਬੰਦਾ ਅਤੇ ਮਾਂ ਕਰਪਟ ਬੰਦਾ ਸ਼ਸ਼ੀਕਾਂਤ, ਜਿਹਨੂੰ ਮੈਂ ਵੀ ਅਦਾਲਤ ਵਿੱਚ ਖਿੱਚਿਆ ਸੀਗਾ। ਹਾਂਜੀ ਮੇਰੇ ਬਾਰੇ ਵੀ ਇਹਨੂੰ ਕੋਈ ਬਕਵਾਸ ਕੀਤੀ ਸੀ ਅਤੇ ਮੈਂ ਅਦਾਲਤ ਦੇ ਵਿੱਚ ਫਿਰ ਮਾਣਹਾਨੀ ਦਾ ਕੇਸ ਕੀਤਾ ਸੀਗਾ, ਫਿਰ ਤਰਲੇ ਮਾਰ ਮਾਰ ਕੇ ਛੁੱਟਿਆ ਸੀ, ਮੇਰੇ ਕੋਲ ਅੱਜ ਵੀ ਉਹਦਾ ਐਫੀਡੇਵਿਟ ਪਿਆ ਹੈ। ਉਹਨੇ ਵੀ ਗੱਲ ਕੀਤੀ ਕਿ ਜਿਹੜੀ ਪੁਸ਼ਾਕ ਹੈ ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ, ਅਤੇ ਬਾਅਦ 'ਚ ਮੁੱਕਰ ਗਿਆ ਜਦੋਂ ਨਾਸਾਂ 'ਤੇ ਵੱਜੀਆਂ ਅਤੇ ਮੁੱਕਰ ਗਿਆ। ਹਾਂਜੀ ਕਹਿੰਦਾ ਜੀ ਨਹੀਂ ਜੀ ਆਹ ਆ ਜੀ ਉਹ ਆ ਜੀ, ਫਿਰ ਮਿੱਟੀ ਪਾਉਣ ਲੱਗ ਪੈਂਦੇ ਆ। ਉਹ ਸ਼ਸ਼ੀਕਾਂਤ ਕਿੱਥੇ ਹੈ ਜਿਹਦੀ ਗੱਲ ਨੂੰ ਜੀ ਸ਼ਸ਼ੀਕਾਂਤ ਜਿਹੜੇ ਇੰਟੈਲੀਜੈਂਸ ਦੇ ਅਫਸਰ ਸੀਗੇ, ਹੈੱਡ ਸੀਗੇ, ਉਹਨਾਂ ਨੇ ਆਹ ਪ੍ਰਗਟਾਵਾ ਕੀਤਾ ਜੀ, ਆਹ ਕੀਤਾ ਜੀ। ਹੁਣ ਇਹ ਕਹਿੰਦਾ ਕਿ ਜੀ ਸਵਿਫਟ ਕਾਰ 'ਤੇ 2012 ਦੀਆਂ ਚੋਣਾਂ ਦੇ ਵਿੱਚ ਸਮਰਥਨ ਲੈਣ ਵਾਸਤੇ ਰਾਤ ਨੂੰ ਸੁਖਬੀਰ ਸਿੰਘ ਬਾਦਲ ਇੱਕ ਸਵਿਫਟ ਕਾਰ 'ਤੇ ਡੇਰੇ ਦੇ ਵਿੱਚ ਆਉਂਦੇ ਨੇ। ਗੁਰੂ ਆ ਬੜੀ ਵੱਡੀ ਗੱਲ, ਤੁਹਾਡੇ ਕੋਲ ਸਬੂਤ ਹੋਣਾ, ਕੋਈ CCTV ਹੋਊਗੀ, ਕੋਈ ਫੋਟੋ ਹੋਊਗੀ, ਕੋਈ ਤਾਂ ਸਬੂਤ ਹੋਊਗਾ ਜੀ ਕਿ ਝੁਰਲੂ ਹੀ ਛੱਡਿਆ ਝੂਠ ਵਾਲਾ ਜਿਸ ਤਰ੍ਹਾਂ ਪਹਿਲਾਂ ਛੱਡਦੇ ਰਹੇ। Z+ ਸਿਕਿਉਰਿਟੀ ਵਾਲਾ ਹੋਵੇ ਅਤੇ ਰਾਤ ਨੂੰ ਸਵਿਫਟ ਗੱਡੀ 'ਤੇ ਫਿਰੇ, ਇਹ ਕਦੀ ਹੋ ਸਕਦਾ? ਫਿਰ ਇੱਕ ਕਹਿੰਦਾ ਕਿ ਜੀ ਸੁਖਬੀਰ ਸਿੰਘ ਬਾਦਲ ਨੇ ਡੇਰੇ ਸਰਸੇ ਦੇ ਵਿੱਚ ਜਿਹੜੀ ਉਹ ਸਵਿਫਟ ਕਾਰ ਵਾਲੀ ਦਿੱਲੀ ਦੇ ਵਿੱਚ ਜੈਪੁਰ ਦੇ ਵਿੱਚ ਸਮੇਂ ਸਮੇਂ 'ਤੇ ਮੁਲਾਕਾਤਾਂ ਕੀਤੀਆਂ। ਯਾਰ ਕੋਈ ਤਾਂ ਸਬੂਤ ਲੈ ਕੇ ਆਓ, ਕੋਈ ਤਾਂ ਸਬੂਤ ਲੈ ਕੇ ਆਓ। ਹੁਣ ਇੱਕ ਜਸਟਿਸ ਜੋਰਾ ਸਿੰਘ ਨੇ, ਉਹਨਾਂ ਨੇ ਮੇਰਾ ਖਿਆਲ ਮਾਰਚ ਮਹੀਨੇ 'ਚ, ਕਿ ਉਸ ਤੋਂ ਬਾਅਦ
ਇੱਕ ਇੰਟਰਵਿਊ ਦਿੱਤੀ ਸੀ ਕਿਸੇ ਚੈਨਲ ਨੂੰ, ਸ਼ਾਇਦ ਲੋਕਨਾਥ ਚੈਨਲ ਹੈ, ਜਿਹ 'ਚ ਉਹਨਾਂ ਪ੍ਰਗਟਾਵਾ ਕੀਤਾ ਕਿ ਜਿਹੜੇ ਬੇਅਦਬੀ ਦੇ ਘਟਨਾਵਾਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਹੱਥ ਹੈ। ਬੜੀ ਇੰਟਰਵਿਊ ਚੱਲੀ, ਪਰ ਕਿਸੇ ਪੱਤਰਕਾਰ ਨੇ ਜਿਹੜਾ ਪੰਜਾਬ ਟੈਲੀਵਿਜ਼ਨ ਵਾਲਾ ਜਿਹੜਾ ਨਿੱਕੀ ਨਿੱਕੀ ਗੱਲ ਚੱਕ ਕੇ ਤਾਂ ਫਿਰ ਵੱਡੀ ਬਣਾਉਂਦਾ ਆ, ਹਾਂਜੀ ਉਹਦੇ 'ਤੇ ਕਿਉਂ ਨਹੀਂ ਬੋਲਿਆ? ਜੋਰਾ ਸਿੰਘ ਜਸਟਿਸ ਹੈ ਜਿਹੜਾ ਜੀ, ਜਸਟਿਸ ਜੋਰਾ ਸਿੰਘ ਨੇ ਰਿਪੋਰਟ ਪੇਸ਼ ਕੀਤੀ ਸੀ ਜੀ, ਉਹ ਓਪਨ ਨਹੀਂ ਕੀਤੀ ਜੀ, ਅਤੇ ਜਸਟਿਸ ਜੋਰਾ ਸਿੰਘ ਕਹਿੰਦਾ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਹੈ, ਤੁਸੀਂ ਉਹਦੇ ਬਾਰੇ ਕਿਉਂ ਨਹੀਂ ਜੀ ਬੋਲਦੇ? ਹੁਣ ਮੈਂ ਇੱਕ ਬੇਨਤੀ ਕਰਦਾ ਕਿ 2007 ਦੇ ਵਿੱਚ ਪਹਿਲੀ ਰੈਨਾ ਦਾ ਪੋਲੀਟੀਕਲ ਵਿੰਗ ਬਣਦਾ ਡੇਰੇ ਸਰਸੇ ਦਾ, ਅਤੇ 2007 ਦੇ ਵਿੱਚ ਇਹ ਕਾਂਗਰਸ ਦੀ ਓਪਨਲੀ ਸਪੋਰਟ ਕਰਦੇ। 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਉਹਦੇ ਸਾਰੇ ਉਮੀਦਵਾਰ ਜਿਹੜੇ ਆ ਡੇਰੇ ਸਰਸੇ ਪਹੁੰਚਦੇ ਆ, ਹੁਕਮਨਾਮਾ ਹੋਣ ਦੇ ਬਾਵਜੂਦ ਜਾ ਕੇ ਸਪੋਰਟ ਮੰਗਦੇ ਆ ਅਤੇ ਡੇਰਾ ਸਿਰਸਾ ਉਹਨਾਂ ਦੀ ਫਿਰ ਸਪੋਰਟ ਕਰਦਾ। 2007 ਅਸੀਂ ਮਾਲਵਾ ਜਿਹੜੀ ਸਰਸੇ ਵਾਲੇ ਦੀ ਬੈਲਟ ਹੈ ਉੱਥੋਂ ਬੁਰੀ ਤਰ੍ਹਾਂ ਹਾਰੇ, ਸੀਟਾਂ ਹੀ ਨਹੀਂ ਆਈਆਂ। 2012 'ਚ ਬੁਰੀ ਤਰ੍ਹਾਂ ਹਾਰੇ ਅਤੇ 2017 'ਚ ਅਸੀਂ ਉੱਥੋਂ ਬੁਰੀ ਤਰ੍ਹਾਂ ਹਾਰੇ, ਅਤੇ 2007 'ਚ ਜੇ ਸਰਕਾਰ ਬਣੀ, 12 'ਚ ਸਰਕਾਰ ਬਣੀ ਅਤੇ ਮਾਝੇ ਅਤੇ ਦੁਆਬੇ ਦੇ ਸਿਰ 'ਤੇ ਬਣੀ। ਇੱਥੇ ਕਹਿੰਦੇ ਜੀ ਵੋਟਾਂ ਦੀ ਖਾਤਰ ਉਹਦਾ ਜੀ ਆਹ ਕਰਤਾ ਜੀ ਉਹ ਕਰਤਾ, ਵੋਟਾਂ ਪਾਈਆਂ ਕਦੋਂ ਅਤੇ ਪਵਾਈਆਂ ਕਦੋਂ, ਮੰਗੀਆਂ ਕਦੋਂ? ਜਿਹਨਾਂ ਨੇ ਮੰਗੀਆਂ ਉਹਨਾਂ ਫੁੱਫੜਾਂ ਦਾ ਨਾਂ ਨਹੀਂ ਜੇ ਲੈਂਦੇ, ਉਹਨਾਂ ਦਾ ਜ਼ਿਕਰ ਨਹੀਂ ਜੀ ਕਰਦੇ ਕਿ ਉਹ ਸਿੱਖ ਨਹੀਂ ਗਏ, ਪਰ ਕਿਉਂਕਿ ਉਹ ਕਾਂਗਰਸੀ ਹੈ, ਕਾਂਗਰਸ ਬਰੀ ਕਰਤੀ, ਕਾਂਗਰਸ ਦੇ ਤਾਂ ਮਹਿਤੀ ਬਣ ਗਏ। ਹੁਣ ਸਭ ਤੋਂ ਵੱਡਾ ਝੂਠ ਜਿਹੜਾ ਪ੍ਰਦੀਪ ਕਲੇਰ ਦਾ ਇੱਕ ਹੋਰ ਹੈ, ਉਹ ਕਹਿੰਦਾ ਜੀ ਜਿਹੜਾ ਮੈਂ ਸਰਸੇ ਵਾਲਾ ਡੇਰਾ ਆ ਉਹਦੇ ਪੋਲੀਟੀਕਲ ਵਿੰਗ ਦਾ ਮੁਖੀ ਹਾਂ, ਹੈੱਡ ਹੈ, ਜਦਕਿ ਪੋਲੀਟੀਕਲ ਵਿੰਗ ਦਾ ਮੁਖੀ ਜਿਹੜਾ ਚੇਅਰਮੈਨ ਹੈ ਉਹ ਰਾਮ ਸਿੰਘ ਹੈ। ਤੁਸੀਂ ਵੀ ਗੂਗਲ 'ਤੇ ਸਰਚ ਕਰ ਲਿਆ, ਪ੍ਰਦੀਪ ਕਲੇਰ 45 ਮੈਂਬਰੀ ਇਹਨਾਂ ਦੀ ਨੈਸ਼ਨਲ ਕਮੇਟੀ ਆ ਉਹਦਾ ਇੱਕ ਮੈਂਬਰ ਹੈ। ਇਹਨੇ ਤਾਂ ਐਂ ਸ਼ੋਅ ਕੀਤਾ ਜੀ, ਮਤਲਬ ਸਾਰਾ ਕੁਛ ਹੀ ਰਾਜਨੀਤਿਕ ਜਿਹੜੇ ਫੈਸਲੇ ਮੈਂ ਲੈਂਦਾ ਸੀ, ਰਾਜਨੀਤਿਕ ਲੋਕਾਂ ਨਾਲ ਮੇਰਾ ਹੀ ਸਾਰਾ ਕੁਛ ਸੀਗਾ। ਅਤੇ ਹੁਣ ਤੁਸੀਂ ਦੇਖੋ ਕਿ ਬੀਬਾ ਜੀ ਜਿਹੜੇ ਨੇ ਉਹ ਕਹਿੰਦਾ ਕਿ ਬੀਬਾ ਜੀ ਦੀ ਮਦਦ ਕਰਦੇ ਰਹੇ। 2009 'ਚ ਬੀਬਾ ਜੀ ਆਪਣੇ ਬਲਬੁੱਤੇ ਜਿੱਤੇ, 2014 ਜਿੱਤੇ, ਅਤੇ 2019 ਉਦੋਂ ਮੈਂ ਪੁੱਛਦਾ ਇਹਨਾਂ ਪੱਤਰਕਾਰਾਂ ਨੂੰ ਅਤੇ ਉਹ ਜਿਹੜਾ ਮਾਂ ਚਾਵਲਿਆ ਪ੍ਰਦੀਪ ਕਲੇਰੇ ਕਿ ਉਦੋਂ ਬੀਬਾ ਦੀ ਜਿਹੜੀ ਮੱਧ ਹੈ 2019 'ਚ ਅਤੇ ਹੁਣ 2024 'ਚ ਤੁਹਾਡੇ ਫੁੱਫੜ ਨੇ ਆਣ ਕੇ ਕੀਤੀ, ਉਹ ਫਿਰ ਜਿੱਤੀ ਹੈ, ਜਿੱਤੀ ਕਿ ਨਹੀਂ ਜਿੱਤੀ? ਇਹ ਜਿੱਤਾਂ ਜਿਹੜੀਆਂ ਨੇ ਰੱਬ ਬਖਸ਼ਦਾ ਆ, ਜਦੋਂ ਬਖਸ਼ਦਾ ਆ ਉਹ ਆਪਦੇ ਬਲਬੂਤੇ 'ਤੇ ਜਿੱਤਦੇ ਰਹੇ ਆ, ਹਾਂਜੀ। ਅਤੇ ਜੇ ਸਰਸੇ ਵਾਲੇ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹ 2007 ਵੀ ਜਿੱਤੇ, 2007 'ਚ ਵੀ ਮਾਲਵਾ ਜਿੱਤੇ, 12 'ਚ ਵੀ ਮਾਲਵਾ ਜਿੱਤੇ ਅਤੇ 17 'ਚ ਤਾਂ ਜਿੱਤੇ ਜਿੱਤੇ ਆ। ਹੁਣ ਮੈਂ ਇੱਕ ਬੇਨਤੀ ਕਰਦਾ ਕਿ ਆਹ ਚਿੱਠੀ ਹੈ ਜਿਹੜੀਆਂ 2015 ਦੇ ਵਿੱਚ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸੀ,
ਉਹਨਾਂ ਘਟਨਾਵਾਂ ਨੂੰ ਲੈ ਕੇ ਸਤਿਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਦੋਂ ਘਟਨਾਵਾਂ ਵਾਪਰ ਰਹੀਆਂ ਸੀਗੀਆਂ, ਪੰਜਾਬ ਜਿਹੜਾ ਬੁਰੀ ਤਰ੍ਹਾਂ ਜਿਹੜਾ ਆ ਉਹ ਰੋਸ ਦੇ ਵਿੱਚ ਚੱਲ ਰਿਹਾ ਸੀਗਾ, ਸੰਗਤਾਂ ਜਿਹੜੀਆਂ ਸੜਕਾਂ 'ਤੇ ਸੀਗੀਆਂ, ਉਹਦੇ ਦਰਮਿਆਨ ਹੀ 17 ਅਕਤੂਬਰ 2015 ਨੂੰ ਇਹ ਚਿੱਠੀ ਲਿਖੀ, ਜਿਹਦੇ ਵਿੱਚ ਸਤਿਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਜਿਹੜੀਆਂ ਮੰਦਭਾਗੀਆਂ ਵਾਪਰੀਆਂ ਉਹਨਾਂ ਨੇ ਪੀੜਾ ਦਾ, ਵੇਦਨਾ ਦਾ, ਪਛਤਾਤਾਪ ਦਾ ਉਹਨਾਂ ਨੇ ਇਜ਼ਹਾਰ ਕੀਤਾ। ਆ ਰਿਪੋਰਟਿੰਗ ਹੋਈ ਆ ਉਸ ਚਿੱਠੀ ਨੂੰ ਲੈ ਕੇ, ਅਖਬਾਰਾਂ 'ਚ ਖਬਰਾਂ ਲੱਗੀਆਂ ਨੇ, ਜਿਹੜੀਆਂ 17 ਅਕਤੂਬਰ 2015 ਦੀ ਚਿੱਠੀ ਹੈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਮੱਥਾ ਟੇਕ ਕੇ ਸਤਿਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ। ਆ ਅਜੀਤ ਅਖਬਾਰ ਦੀ ਖਬਰ ਹੈ ਕਿ ਪਛਤਾਤਾਪ ਦੀ ਭਾਵਨਾ ਨਾਲ ਦਰਬਾਰ ਸਾਹਿਬ ਨਤਮਸਤਕ ਹੋਏ ਬਾਦਲ, ਇਹਦੇ ਵਿੱਚ ਹੀ ਆ ਕਿ ਜਥੇਦਾਰ ਨੂੰ ਚਿੱਠੀ ਦਿੱਤੀ। ਹੁਣ ਤੁਸੀਂ ਦੇਖੋ, ਇਹ ਇੱਕ ਤਰ੍ਹਾਂ ਦੀ ਇਤਿਹਾਸਿਕ ਚਿੱਠੀ ਹੈ। ਅਕਾਲੀ ਦਲ ਤਾਂ ਪਹਿਲੇ ਦਿਨ ਤੋਂ ਹੀ ਜਦੋਂ ਇਹ ਘਟਨਾਵਾਂ ਵਾਪਰ ਰਹੀਆਂ ਸੀਗੀਆਂ ਪੀੜੇ ਦੇ ਵਿੱਚੋਂ ਲੰਘ ਰਿਹਾ ਸੀਗਾ। ਇੱਕ ਆਪਣੇ ਆਪ ਨੂੰ ਇਤਿਹਾਸਕਾਰ ਕਹਿੰਦਾ ਹੈ ਪੱਤਰਕਾਰ, ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ, ਜਿਸ ਦਿਨ ਇਹ ਚਿੱਠੀ ਫਿਰ ਦੁਬਾਰਾ ਚਰਚਾ 'ਚ ਆਉਂਦੀ ਆ ਕੁਛ ਦਿਨ ਪਹਿਲਾਂ, ਅਤੇ ਸ਼ਾਮਾਂ ਨੂੰ ਡਿਬੇਟ ਕਰਦੇ ਨੇ ਮਹਾਂਪੁਰਸ਼, ਕੀ ਨਾਂ ਦਾ ਰੰਧਾਵੇ ਦਾ ਕੀ ਨਾਂ ਆ, ਹਰਜਿੰਦਰ ਰੰਧਾਵਾ, ਉਹ ਕਰਦੇ ਨੇ ਨਾਲ ਇੱਕ ਸਭ ਤੋਂ ਦੁਨੀਆ ਦੇ ਸਿਆਣੇ ਹਮੀਰ ਸਿੰਘ, ਜਿਹੜੇ ਕਹਿੰਦੇ ਆ ਕਿ ਮੇਰੇ ਤੋਂ ਵੱਧ ਸਿਆਣਾ ਹੀ ਕੋਈ ਨਹੀਂ, ਉਹ ਬੈਠੇ ਹੁੰਦੇ ਆ, ਅਤੇ ਜਗਤਾਰ ਸਿੰਘ ਜੀ ਕਹਿੰਦੇ ਆ ਜੀ ਮੇਰੇ ਕੋਲ ਤਾਂ ਸਾਰਾ ਰਿਕਾਰਡ ਹੈ ਜੀ, ਇਹ ਚਿੱਠੀ ਆਈ ਕਿੱਥੋਂ, ਇਹ ਤਾਂ ਹੈ ਹੀ ਨਹੀਂ, ਇਹ ਹੁਣੇ ਕਿਉਂ ਬਣਾਈ ਗਈ, ਹੁਣੇ ਕਿਉਂ ਲਿਆਂਦੀ ਗਈ। ਉਹਨੂੰ ਸੀਗਾ ਸ਼ਾਇਦ ਅਖਬਾਰਾਂ 'ਚ ਰਿਪੋਰਟਿੰਗ ਨਹੀਂ ਹੋਈ, ਹਾਂਜੀ, ਮਤਲਬ ਇਹ ਨਹੀਂ ਕਿ ਮੈਂ ਦੇਖ ਹੀ ਲਵਾਂ, ਕੋਈ ਰਿਕਾਰਡ ਹੀ ਫੋੜ ਕੇ ਦੇਖ ਲਵਾਂ, ਕੋਈ ਗੂਗਲ 'ਤੇ ਸਰਚ ਕਰ ਲਵਾਂ। ਉਹਨੇ ਜੀ ਬਿਲਕੁਲ ਹੀ ਝੁਠਲਾਤਾ ਅਤੇ ਉਹਨੇ ਅਕਾਲੀ ਦਲ ਨੂੰ ਕਟਹਿਰੇ 'ਚ ਖੜਾ ਕਰਤਾ। ਅਤੇ ਮੈਂ ਪੁੱਛਣਾ ਜਗਤਾਰ ਸਿੰਘ ਤੂੰ ਮਾਫ਼ੀ ਮੰਗੀ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਗਈ ਹੋਈ ਚਿੱਠੀ ਦੀ ਮਾਫ਼ੀ ਮੰਗੀ ਜਿਹੜਾ ਤੂੰ ਝੂਠ ਬੋਲਿਆ, ਪੰਥ ਕੋਲ ਮਾਫ਼ੀ ਮੰਗੀ, ਅਕਾਲੀ ਦਲ ਦੇ ਵਿਰੁੱਧ ਜੋ ਤੂੰ ਝੂਠ ਬੋਲਿਆ ਉਸ ਦਿਨ ਉਹਦੀ ਮਾਫ਼ੀ ਮੰਗੀ, ਕਿ ਮੈਂ ਅਕਾਲੀ ਦਲ ਬਾਰੇ ਰਿਪੋਰਟਿੰਗ ਗਲਤ ਕੀਤੀ ਹੈ, ਸਤਿਪ੍ਰਕਾਸ਼ ਸਿੰਘ ਬਾਦਲ ਜਿਹੜੇ ਮਰਹੂਮ ਨੇ ਉਹਨਾਂ ਬਾਰੇ ਮੈਂ ਗਲਤ ਰਿਪੋਰਟਿੰਗ ਕੀਤੀ ਹੈ, ਤੁਸੀਂ ਜੋ ਕਹਿ ਦਿਓ ਸੱਚ ਹੈ ਅਤੇ ਸੱਚ ਨੂੰ ਤੁਸੀਂ ਝੂਠ ਬਣਾ ਕੇ ਪੇਸ਼ ਕਰਦੇ ਹੋ, ਤੁਸੀਂ ਠੇਕਾ ਲਿਆ, ਪਤਾ ਨਹੀਂ ਕਿੱਥੋਂ ਤੁਸੀਂ ਆਏ ਜੇ ਅੱਗ ਲਾਉਣ ਵਾਲੇ। ਆ ਜਸਟਿਸ ਜੋਰਾ ਸਿੰਘ ਦੀ ਇੰਟਰਵਿਊ ਹੋਈ ਹੈ ਜਿਹਦੇ 'ਚ ਉਹ ਕਹਿੰਦਾ ਕਿ ਸਾਬਕਾ ਜਸਟਿਸ ਅਤੇ ਆਪ ਦੇ ਵੱਡੇ ਲੀਡਰ, ਸਾਬਕਾ ਜਸਟਿਸ ਅਤੇ ਆਪ ਦੇ ਵੱਡੇ ਲੀਡਰ ਜੋਰਾ ਸਿੰਘ ਦਾ ਵੱਡਾ ਦਾਅਵਾ, ਮੇਰੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ 2015 'ਚ ਹੋਈਆਂ ਬੇਅਦਬੀ ਦੀ ਪਿੱਛੇ ਘਟਨਾਵਾਂ ਪਿੱਛੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਵੀ ਹੱਥ ਸੀ, ਜੇ ਭਗਵੰਤ ਮਾਨ ਚਾਹੇ ਤਾਂ ਮੇਰੇ ਨਾਲ ਅਕਾਲ ਤਖਤ ਸਾਹਿਬ 'ਤੇ ਬਹਿਸ ਰੱਖ ਲਵੇ, ਮੈਂ ਇੱਕ ਇੱਕ ਸਬੂਤ ਦੇਵਾਂਗਾ। ਇਹ ਲੋਕਨਾਥ ਦੀ ਖਬਰ ਹੈ, ਕਿਸਨੇ ਚਲਾਈ। ਹੁਣ ਮੈਂ ਅੱਗੇ ਆਉਣਾ, ਆ
17 ਮਈ 2007 ਦਾ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ ਦਾ ਅਤੇ ਬਾਕੀ ਸਿੰਘ ਸਾਹਿਬਾਨ ਦਾ ਜਾਰੀ ਕੀਤਾ ਹੋਇਆ ਹੁਕਮਨਾਮਾ ਆ, ਜਿਹਦੇ ਵਿੱਚ ਰਾਮ ਰਹੀਮ ਡੇਰਾ ਸਿਰਸਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਧਾਰਮਿਕ, ਸਮਾਜਿਕ, ਭਾਈਚਾਰਕ ਅਤੇ ਰਾਜਸੀ ਸੰਬੰਧ ਨਾ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਕੀ ਹੁੰਦਾ ਆ ਕਿ 29 ਮਈ 2015 ਇਸ ਹੁਕਮਨਾਮੇ ਤੋਂ ਬਾਅਦ ਤੁਸੀਂ ਦੇਖ ਲਓ ਕਿ ਹੁਕਮਨਾਮਾ ਹੈਗਾ 17 ਮਈ ਦਾ ਅਤੇ 2 ਹਫ਼ਤੇ ਵੀ ਨਹੀਂ ਲੰਘਦੇ ਕਿ ਅਗਨੀਵੇਸ਼ ਜਿਹੜੇ ਅਗਨੀਵੇਸ਼ ਨੇ ਉਹ 29 ਮਈ ਨੂੰ ਸਰਸੇ ਵਾਲੇ ਦੀ ਚਿੱਠੀ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਾਜ਼ਰ ਹੁੰਦੇ ਨੇ। ਨਾਲ ਉਹਨਾਂ ਨੇ ਆਪ ਦੀ ਚਿੱਠੀ ਵੀ ਲਾਈ ਹੈ, ਜਿਹੜੀ ਕੋਈ ਧਰਮ ਸੰਸਦ ਬਣਾਈ ਹੈ ਵੱਖਰੇ ਵੱਖਰੇ ਧਰਮਾਂ ਦੀ, ਉਹ ਵੀ ਚਿੱਠੀ ਉਹਨਾਂ ਨੇ ਲਾਈ ਹੈ। ਆਹ ਜਿਹੜਾ ਆ ਉਹ ਚਿੱਠੀ ਆ ਜਿਹੜੀ ਰਾਮ ਰਹੀਮ ਦੀ ਚਿੱਠੀ ਹੈ। ਇਹਦੇ 'ਚ ਕਹਿੰਦੇ ਆ ਜੀ, ਉਹਦੇ ਵਿੱਚ ਮਾਫ਼ੀ ਵਿੱਚ ਸ਼ਬਦ ਬਾਅਦ 'ਚ ਵਾਰ ਦਿੱਤਾ ਗਿਆ। ਹੁਣ ਇੱਥੋਂ ਜਹੇਦਾਰ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਅਤੇ ਥੱਲੇ ਜਾ ਕੇ ਕੁਦਰਤੀ ਕਿ ਆਪਾਂ ਆਪਦਾ ਵਿਸ਼ਵਾਸ ਪਾਤਰ ਜਾਂ ਦੂਸਰਾ ਤੀਸਰਾ ਲਿਖਦੇ ਹਾਂ, ਉਹਨੇ ਖਿਮਾ ਦਾ ਜਾਚਕ ਲਿਖਿਆ, ਥੱਲੇ ਪੂਰਾ ਨਾਂ ਲਿਖ ਕੇ ਉੱਤਰੇ ਬੰਨੇ ਸਾਈਨ ਕੀਤੇ ਹੈ। ਕਿੱਥੋਂ ਐਂਟਰ ਕਰਤਾ ਜੀ, ਪਤਾ ਨਹੀਂ ਕਿਹੜੀ ਗੱਲ ਬਣਾਈ ਜਾਂਦੇ। ਆ ਉਹਦੀ ਚਿੱਠੀ ਆ ਜਿਹੜੀ ਉਹ ਨਾਲ ਲਾ ਕੇ ਅਗਨੀਵੇਸ਼ ਦੇ ਕੇ ਗਿਆ ਸਰਵ ਧਰਮ ਸੰਸਦ। ਇਹ ਵੀ 29 ਮਈ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਉਹਨੂੰ ਦਿੱਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਰਿਕਾਰਡ ਦਾ ਹਿੱਸਾ ਆ। ਆ 20 ਜੂਨ 2015 ਦਾ ਪ੍ਰੈਸ ਨੋਟ ਆ ਡੇਰੇ ਦਾ, ਝੂਠੇ ਸਾਹਿਬ ਦਾ, ਜਿਹਦੇ ਵਿੱਚ ਉਹਨੇ ਇਹ ਘਟਨਾਵਾਂ ਬਾਰੇ ਗੱਲ ਕੀਤੀ ਹੈ ਵੀ ਅਸੀਂ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ